ਸਨੌਰ ਤੋਂ ਐਮ ਐਲ ਏ ਨੇ ਪਠਾਨ ਮਾਜਰਾ ਸਾਹਿਬ, ਅਤੇ ਇਹਨਾਂ ਨੇ ਪੱਤਰਕਾਰ ਨੂੰ ਸਿੱਧੀ ਧਮਕੀ ਦੇ ਦਿੱਤੀ ਵੀ ਤੂੰ ਬਾਹਰ ਆ ਕੇ ਆਪਣੇ ਰੁਤਬੇ ਦਾ ਆਪਣੇ ਆਪ ਚ ਹੰਕਾਰ ਦਿਖਾ ਰਹੇ ਨੇ, ਪੱਤਰਕਾਰ ਦੇ ਉੱਤੇ ਹਾਵੀ ਹੋ ਰਹੇ ਨੇ। ਲੱਖਾਂ ਲੋਕਾਂ ਨੇ ਚੁਣ ਕੇ ਬਣਾਇਆ ਹੋਇਆ ਤੇ ਨੁਮਾਇੰਦਗੀ ਕਰਨ ਵਾਸਤੇ ਵਿਧਾਨ ਸਭਾ ਭੇਜਿਆ, ਤੇ ਉਹ ਵਿਧਾਨ ਸਭਾ ਜਾ ਕੇ ਉਹ ਹੰਕਾਰ ਦਿਖਾ ਰਿਹਾ, ਰੁਤਬੇ ਦਾ ਹੰਕਾਰ ਦਿਖਾ ਰਿਹਾ ਵੀ ਮੈਂ ਐਮ ਐਲ ਏ ਹਾਂ, ਧੌਂਸ ਜਮਾ ਰਿਹਾ। ਪਿਆਰ ਨਾਲ ਬਹਿ ਕੇ ਗੱਲ ਕਰਦੇ, ਇਹ ਕੀ ਮਤਲਬ ਬਣਿਆ ਧਮਕੀ ਦੇਣ ਦਾ ਜੀ? ਤੁਸੀਂ ਬਾਹਰ ਆ ਕੇ ਮਿਲੇ, ਇਹ ਕੀ ਜਵਾਕ ਨੇ? ਪਹਿਲੀ ਵਾਰੀ ਵਿਧਾਨ ਸਭਾ ਦੇ ਵਿੱਚ ਹੋਇਆ, ਇਹਨਾਂ ਨੂੰ ਮੱਛੀ ਦੀ ਮਾਰਕੀਟ ਬਣਾਤਾ। ਓਏ ਆ ਜਾ ਤੂੰ ਬਹਿ ਜਾ, ਤੇਰੇ ਜਵਾਕ, ਤੇਰਾ ਫਲਾਣਾ, ਤੇਰਾ ਢਮਕਾਣਾ, ਅਕਾਲੀ ਦਲ ਦੀ ਸਰਕਾਰ ਆ ਗਈ, ਉਸ ਦਿਨ ਭਗਵੰਤ ਮਾਨ ਜਾਂ ਤਾਂ ਪੰਜਾਬ ਛੱਡ ਕੇ ਭੱਜੂ, ਨਹੀਂ ਭਗਵੰਤ ਮਾਨ ਦਾ ਉਹ ਹਾਲ ਕਰਨਗੇ। ਹੁਣ ਤੱਕ ਕਿਸੇ ਦਾ ਹੋਇਆ ਨਹੀਂ, ਇਹ ਮੇਰੇ ਤੋਂ ਗਰੰਟੀ ਲੈ ਲਓ। ਇਸ ਤਰ੍ਹਾਂ ਨਾਲ ਦਾਅਵਾ ਕਰ ਸਕਦੇ ਹੋ? ਮੇਰੇ ਤੋਂ ਲਿਖ ਕੇ ਲੈ ਲਓ ਤੁਸੀਂ, ਅਨਮੋਲ ਕਵਾਤਰੇ ਨੂੰ ਆਮ ਆਦਮੀ ਪਾਰਟੀ ਤੋਂ ਅਸੀਂ ਟਿਕਟ ਲੜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਵਿੰਦਰ ਕੌਰ, ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਅਤੇ ਅੱਜ ਸਾਡੇ ਨਾਲ ਜੁੜੇ ਨੇ ਸੰਦੀਪ ਸਿੰਘ ਬੈਨੀਪਾਲ, ਅਤੇ ਕਈ ਮੁੱਦਿਆਂ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿੱਥੇ ਇੱਕ ਐਮ ਐਲ ਏ ਹਰਮੀਤ ਸਿੰਘ ਪਠਾਨ ਮਾਜਰਾ ਧਮਕੀ ਦੇ ਰਹੇ ਨੇ ਅਤੇ ਪੱਤਰਕਾਰ ਨੂੰ ਧਮਕੀ ਦਿੱਤੀ ਜਾ ਰਹੀ ਹੈ। ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਹਰਵਿੰਦਰ, ਗੱਲ ਪਤਾ ਕੀ ਹੈ ਵੀ ਜਿਹੜੇ ਇਹ ਐਮ ਐਲ ਏ ਨੇ ਸਨੌਰ ਤੋਂ ਐਮ ਐਲ ਏ ਨੇ ਪਠਾਨ ਮਾਜਰਾ ਸਾਹਿਬ, ਅਤੇ ਇਹਨਾਂ ਨੇ ਪੱਤਰਕਾਰ ਨੂੰ ਸਿੱਧੀ ਧਮਕੀ ਦੇ ਦਿੱਤੀ ਵੀ ਤੂੰ ਬਾਹਰ ਆ ਕੇ ਮਿਲ। ਬਹੁਤ ਇੱਕ ਤਾਂ ਮੰਦਭਾਗੀ ਗੱਲ ਹੈ ਵੀ ਇੱਕ ਇਹ ਆਪਣੇ ਰੁਤਬੇ ਦਾ ਆਪਣੇ ਆਪ 'ਚ ਹੰਕਾਰ ਦਿਖਾ ਰਹੇ ਨੇ, ਪੱਤਰਕਾਰ ਦੇ ਉੱਤੇ ਹਾਵੀ ਹੋ ਰਹੇ ਨੇ। ਅਤੇ ਜਿਹੜਾ ਮੈਂ ਪੱਤਰਕਾਰ ਨੂੰ ਚੰਗੀ ਤਰ੍ਹਾਂ ਜਾਣਦਾ, ਉਹ ਪੱਤਰਕਾਰ ਅਜਿਹਾ, ਮੈਂ 2-4 ਵਾਰ ਉਹਦੇ ਨਾਲ ਵਿਚਰੇ ਹਾਂ, ਅਤੇ ਉਹ ਗਲਤ ਨੂੰ ਗਲਤ ਕਹਿਣ ਵਾਲਾ ਬੰਦਾ। ਜੇਕਰ ਕੋਈ ਪੱਤਰਕਾਰ ਗਲਤ ਸਵਾਲ ਵੀ ਕਰਦਾ ਤਾਂ ਉਹਨੂੰ ਵੀ ਉਹ ਕਹਿੰਦਾ ਵੀ ਤੁਹਾਨੂੰ ਸਹੀ ਗੱਲਬਾਤ ਕਰਨੀ ਚਾਹੀਦੀ ਹੈ। ਮਤਲਬ ਉਹ ਪੱਤਰਕਾਰੀ ਲਾਈਨ ਦੇ ਵਿੱਚ ਬਹੁਤ ਚੰਗਾ ਮੁੰਡਾ, ਅਤੇ ਉਹ ਪੱਤਰਕਾਰ ਹੈ, ਅਤੇ ਜਿਹੜਾ ਉਹਦੀ ਗੱਲਬਾਤ ਹੋਈ ਹੈ, ਅਤੇ ਮੈਂ ਮੰਨਦਾ ਵੀ ਜੋ ਪਠਾਨ ਮਾਜਰ ਹੈ ਉਹ ਸਨੌਰ ਹਲਕੇ ਦੇ ਵਿੱਚ ਲੱਖਾਂ ਲੋਕਾਂ ਨੇ ਚੁਣ ਕੇ ਬਣਾਇਆ ਹੋਇਆ ਅਤੇ ਨੁਮਾਇੰਦਗੀ ਕਰਨ ਵਾਸਤੇ ਵਿਧਾਨ ਸਭਾ ਭੇਜਿਆ, ਅਤੇ ਉਹ ਵਿਧਾਨ ਸਭਾ ਜਾ ਕੇ ਉਹ ਹੰਕਾਰ ਦਿਖਾ ਰਿਹਾ, ਰੁਤਬੇ ਦਾ ਹੰਕਾਰ ਦਿਖਾ ਰਿਹਾ ਵੀ ਮੈਂ ਐਮ ਐਲ ਏ ਹਾਂ, ਧੌਂਸ ਜਮਾ ਰਿਹਾ ਵੀ, ਮਤਲਬ ਵੀ ਪੱਤਰਕਾਰਾਂ ਨੂੰ ਟਿੱਚ ਸਮਝ ਰਿਹਾ। ਪੱਤਰਕਾਰ ਭਾਈਚਾਰੇ ਨੂੰ ਵੀ ਮੈਂ ਅਪੀਲ ਕਰਦਾ ਵੀ ਉਹਨੂੰ ਨਾਲ ਖੜਨਾ ਚਾਹੀਦਾ ਹੈ ਸੰਦੀਪ ਸਿੰਘ ਲਾਧੂਕੇ ਦੇ। ਇਹ ਹੈ ਵੀ ਉਹਨਾਂ ਨੂੰ, ਅਤੇ ਮੈਂ ਮੰਗ ਵੀ ਕਰਦਾ ਇਹ ਪੱਤਰਕਾਰ ਭਾਈਚਾਰੇ ਨਾਲ ਵੀ ਅਸੀਂ ਬੈਠਕਾਂ ਕਰ ਰਹੇ ਹਾਂ, ਗੱਲਬਾਤ ਕਰ ਰਹੇ ਹਾਂ ਵੀ ਜਿਹੜੇ ਅਸੀਂ ਮਿਲ ਕੇ ਸਰਕਾਰ 'ਤੇ ਦਬਾਅ ਬਣਾਈਏ ਵੀ ਇਹਨਾਂ 'ਤੇ ਕੋਈ ਕਾਰਵਾਈ ਕਰਨ, ਕਿਉਂਕਿ ਅਜਿਹਾ ਇੱਕ ਵਾਰ ਨਹੀਂ ਹੋਇਆ। ਪਹਿਲਾਂ ਵੀ ਕਈ ਬੰਦੇ ਐਮ ਐਲ ਏ ਰਹੇ ਨੇ ਜਾਂ ਮੰਤਰੀ ਰਹੇ ਨੇ ਜਾਂ ਲੀਡਰ ਨੇ ਜਿਨ੍ਹਾਂ ਨੇ ਪੱਤਰਕਾਰਾਂ ਦੇ ਉੱਤੇ ਕਾਫੀ ਵਾਰ ਮਤਲਬ ਮੰਦਭਾਗਾ ਬੋਲਿਆ, ਗੱਡੀਆਂ 'ਚੋਂ ਵੀ ਤਾਰੇ ਨੇ, ਕੈਮਰੇ ਵੀ ਖੋਏ ਨੇ ਪੱਤਰਕਾਰਾਂ ਦੇ। ਇਹ ਗੱਲਾਂ ਦਿਨੋਂ ਦਿਨ ਵੱਧਦੀਆਂ ਜਾਂਦੀਆਂ ਨੇ ਘਟਣ ਦੀ ਬਜਾਏ। ਜੀ, ਉੱਥੇ ਪਠਾਨ ਮਾਜਰਾ ਨੇ ਵੀ ਆਪਣੀਆਂ ਟਿੱਪਣੀਆਂ ਦਿੱਤੀਆਂ ਨੇ, ਅਤੇ ਪਠਾਨ ਮਾਜਰਾ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਏ ਬੀ ਸੀ ਵਾਲੇ ਨੇ ਉਹਨਾਂ ਦੇ ਵੱਲੋਂ ਸਿਰਫ ਔਰ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਕਿਹਾ ਜਾ ਰਿਹਾ ਕਿ ਦਿਨੇਸ਼ ਚੱਡਾ ਨਾਲ ਮੇਰੀ ਬਹਿਸ ਹੁੰਦੀ ਆ। ਉਹ ਕਹਿੰਦੇ ਵੀ ਮੈਨੂੰ ਕਾ ਦੇਖ ਲਿਆ ਤੁਸੀਂ ਦਿਨੇਸ਼ ਚੱਡਾ ਨਾਲ ਬਹਿਸ ਕਰਦੇ ਹੋ, ਉਸ ਤੋਂ ਬਾਅਦ ਉਹ ਪੱਤਰਕਾਰਾਂ ਨੂੰ ਬੋਲਦੇ ਨੇ, ਕੀ ਕਹਿਣਾ ਚਾਹੋਗੇ ਇਸ ਚੀਜ਼ ਬਾਰੇ? ਦੇਖੋ, ਗੱਲ ਇਹ ਹੈ ਵੀ ਜੇਕਰ ਕੋਈ ਗਿਲਾ ਸੀ
ਕੋਈ ਸ਼ਿਕਵਾ ਸੀ ਉਹਨਾਂ ਨੂੰ ਤਾਂ ਉਹ ਸਿੱਧੀ ਗੱਲ ਕਰਦੇ ਜੀ, ਪਿਆਰ ਨਾਲ ਬਹਿ ਕੇ ਗੱਲ ਕਰਦੇ। ਇਹ ਕੀ ਮਤਲਬ ਬਣਿਆ ਧਮਕੀ ਦੇਣ ਦਾ ਜੀ, ਤੁਸੀਂ ਬਾਹਰ ਆ ਕੇ ਮਿਲਿਓ? ਇਹ ਕੀ ਜਵਾਕ ਨੇ ਜੀ, ਏਡੇ ਬੜੇ ਤੁਸੀਂ ਰੁਤਬੇ ਤੇ ਬੈਠੇ ਹੋ, ਮਤਲਬ ਮੁੱਕ ਦੀ ਗੱਲ ਇਹ ਹੋ ਗਈ ਵੀ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਫਤਵਾ ਦਿੱਤਾ ਵੀ ਹਾਂਜੀ ਤੁਹਾਨੂੰ ਅਸੀਂ ਐਮ ਐਲ ਏ ਬਣਾ ਤਾ, ਤੁਸੀਂ ਸਰਕਾਰ ਦੇ ਵਿੱਚ ਆ ਗਏ, 92 ਤੁਸੀਂ ਜਿੱਤ ਕੇ ਆ ਗਏ ਤਾਂ ਲੋਕਾਂ ਦੇ ਡਾਂਗਾ ਮਾਰਨੀਆਂ ਜੀ। ਜੇ ਕੋਈ ਗੱਲਬਾਤ ਸੀ ਤੁਸੀਂ ਬਹਿ ਕੇ ਕਲੀਅਰ ਕਰਦੇ ਵੀ ਜੇ ਕੋਈ ਖਬਰ ਗਲਤ ਲੱਗੀ ਹੈ ਜਾਂ ਕਿਵੇਂ ਹੈ, ਉਹ ਆਪਾਂ ਨੂੰ ਨਹੀਂ ਪਤਾ ਵੀ ਖਬਰ ਕਿਹੜੀ ਸੀ, ਕਿਹਦੇ ਬਾਰੇ ਗੱਲ ਹੋਈ ਹੈ ਤੇ ਕੀ ਸੱਚ ਹੈ ਕੀ ਗਲਤ ਹੈ। ਆਪਾਂ ਤਾਂ ਸਿਰਫ ਉਹਦੇ ਤੇ ਗੱਲ ਕਰ ਰਹੇ ਹਾਂ ਵੀ ਐਮ ਐਲ ਏ ਸਾਹਿਬ ਨੂੰ, ਪਠਾਨ ਮਾਜਰਾ ਸਾਹਿਬ ਨੂੰ ਇਹ ਹਰਕਤ ਕਰਨੀ ਨਹੀਂ ਚਾਹੀਦੀ ਸੀ ਜੀ। ਵਿਧਾਨ ਸਭਾ ਸੈਸ਼ਨ ਦੇ ਵਿੱਚ ਪੰਜਾਬ ਦੇ ਮੁੱਦੇ ਰੱਖੇ ਜਾਂਦੇ ਨੇ, ਪਰੰਤੂ ਆਮ ਆਦਮੀ ਪਾਰਟੀ ਦੇ ਤੁਸੀਂ ਦੇਖਿਆ ਕਿ ਕਾਫ਼ੀ ਉੱਥੇ ਮੁੱਖ ਮੰਤਰੀ ਦੀ ਵੀ ਵੀਡੀਓ ਵਾਇਰਲ ਹੋਈਆਂ ਨੇ ਜਿਹਦੇ ਵਿੱਚ ਉਹ ਪ੍ਰਤਾਪ ਸਿੰਘ ਬਾਜਵਾ ਨੂੰ ਸਿੱਧੀਆਂ ਧਮਕੀਆਂ ਜਿਹੜੀਆਂ ਸਿੱਧਾ ਬੋਲ ਵੀ ਰਹੇ ਨੇ, ਅਤੇ ਉਹਨਾਂ ਨੇ ਕਿਹਾ ਕਿ ਪ੍ਰਤਾਪ ਬਾਜਵਾ ਓਏ ਪ੍ਰਤਾਪ ਬਾਜਵਾ ਮੇਰੀ ਅੱਖਾਂ 'ਚ ਅੱਖਾਂ ਪਾ ਕੇ ਦੇਖ, ਉਹ ਤੁਹਾਨੂੰ ਕਿੱਦਾਂ ਤੁਸੀਂ ਉਸ ਚੀਜ਼ ਨੂੰ ਦੇਖਦੇ ਹੋ? ਗੱਲ ਪਤਾ ਹਰਵਿੰਦਰ ਕੀ ਹੈ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਚੰਨੀ, ਅਸੀਂ ਆਹ ਤਿੰਨ ਮੁੱਖ ਮੰਤਰੀ ਦੇਖੇ ਨੇ ਜੋ ਮੈਂ ਦੇਖੇ ਨੇ ਜੋ ਰੀਸੈਂਟ ਰਹੇ ਨੇ, ਅਤੇ ਉਹ ਜਦੋਂ ਸੈਸ਼ਨ ਸ਼ੁਰੂ ਹੁੰਦਾ ਸੀ ਅਤੇ ਉਹਨਾਂ ਵੱਲੋਂ ਕੋਈ ਅਜਿਹੀ ਗੱਲਬਾਤ, ਕੋਈ ਚੱਕਵੀਂ ਗੱਲਬਾਤ ਨਹੀਂ ਕਰੀ ਜਾਂਦੀ ਸੀ। ਪਹਿਲੀ ਵਾਰੀ ਵਿਧਾਨ ਸਭਾ ਦੇ ਵਿੱਚ ਹੋਇਆ, ਇਹਨਾਂ ਨੂੰ ਮੱਛੀ ਦੀ ਮਾਰਕੀਟ ਬਣਾ ਤਾ, ਓਏ ਆ ਜਾ ਤੂੰ ਬਹਿ ਜਾ, ਤੇਰੇ ਜਵਾਕ, ਤੇਰਾ ਫਲਾਣਾ, ਤੇਰਾ ਢਮਕਾਣਾ, ਮਤਲਬ ਇੱਦਾਂ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ। ਇਹ ਕੋਈ ਲੈਵਲ ਵਾਲੀਆਂ ਗੱਲਾਂ ਨਹੀਂ ਹੈ ਮੁੱਖ ਮੰਤਰੀ ਦੇ ਅਹੁਦੇ ਵਾਲੀਆਂ ਵੀ ਤੁਸੀਂ ਕਿਹੜੀ ਸੀਟ 'ਤੇ ਬਿਰਾਜਮਾਨ ਹੋ ਅਤੇ ਤੁਸੀਂ ਸਤਿਕਾਰ ਨਾਲ ਗੱਲ ਕਰੋ। ਅਤੇ ਇੱਕ ਹੋਰ ਵੱਡੀ ਗੱਲ ਹੈ ਵੀ ਕੈਮਰੇ ਵੀ ਫੋਕਸ ਸਾਰਾ ਆਪਣਾ ਧਿਰ ਸੱਤਾ ਧਿਰ 'ਤੇ ਹੁੰਦਾ, ਵਿਰੋਧੀ ਧਿਰ 'ਤੇ ਕੈਮਰਾ ਵੀ ਐਂਗਲ ਦੂਰ ਹੁੰਦਾ, ਅਤੇ ਉਹ ਵਿਚਾਰਿਆਂ ਦੀ ਮਾਈਕ ਦੀ ਆਵਾਜ਼ ਵੀ ਨਹੀਂ ਸੁਣਦੀ, ਅਤੇ ਸਾਰਾ ਕੁਛ ਮਤਲਬ ਫਿਰ ਸਾਡੇ ਚੈਨਲ ਵਾਲੇ ਨੇ ਸਾਰੇ ਫਿਰ ਉਹ ਵਧਾ ਵਧਾ ਕੇ ਹਾਈਲਾਈਟ ਕੱਢ ਕੱਢ ਕੇ ਲਾਉਂਦੇ ਨੇ ਜੀ, ਉਹ ਤੂੰ ਅੱਖਾਂ 'ਚ ਅੱਖਾਂ ਪਾ ਕੇ ਦੇਖ, ਇਹ ਗੱਲਾਂ ਚੰਗੀਆਂ ਨਹੀਂ। ਅਤੇ ਇੱਕ ਇਹੀ ਗੱਲਾਂ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਕੱਲ੍ਹ ਪਟਿਆਲੇ ਪੇਸ਼ੀ 'ਤੇ ਸੀਗੇ, ਉਹਨਾਂ ਨੇ ਵੀ ਗੱਲ ਕਰੀ ਹੈ, ਉਹਨਾਂ ਨੇ ਇੱਕ ਹਾਸ ਰਸ ਕਿਹਾ, ਚਲੋ ਉਹਨਾਂ ਦੀ ਵਾਰਡੀ ਤੁਹਾਨੂੰ ਦੱਸਦਾ। ਉਹ ਕਹਿੰਦਾ ਵੀ ਤੁਸੀਂ ਰੰਧਾਵਾ ਸਾਹਿਬ, ਉਹ ਕਹਿ ਰਹੇ ਨੇ ਭਗਵੰਤ ਮਾਨ ਕਹਿੰਦਾ ਹੈ, ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਰੰਧਾਵਾ ਸਾਹਿਬ ਮੇਰੀ ਅੱਖਾਂ 'ਚ ਅੱਖਾਂ ਪਾ, ਕਹਿੰਦੇ ਉਹ ਕਹਿੰਦਾ ਵੀ ਜੇ ਤੇਰੀ ਅੱਖਾਂ 'ਚ ਅੱਖਾਂ ਪਾਤੀ ਸ਼ਰਾਬ ਜੀ ਨਾਲ ਤਾਂ ਟੱਲੀ ਹੋ ਜੂ, ਇੱਦਾਂ ਦੀ ਕੋਈ ਵਰਡਿੰਗ ਸੀ ਜੋ ਮਜੀਠੀਆ ਸਾਹਿਬ ਨੇ ਕਹੀ ਹੈ। ਅਤੇ ਮੈਨੂੰ ਲੱਗਦਾ ਅਤੇ ਭਗਵੰਤ ਮਾਨ ਸਾਹਿਬ ਹੋ ਗਏ ਜਾਂ ਸੱਤਾ ਧਿਰ ਹੋ ਗਿਆ, ਚਾਹੇ ਕੋਈ ਵੀ ਲੀਡਰ ਹੈ, ਚਾਹੇ ਵਿਰੋਧੀ ਧਿਰ ਦਾ ਕੋਈ ਵੀ ਹੈ, ਉਹਨੂੰ ਹੰਕਾਰ ਕੇ ਆਪਣੇ ਤੋਂ ਉੱਪਰ ਦੀ ਬਿਆਨਬਾਜ਼ੀ ਟਿੱਪਣੀ ਨਹੀਂ ਕਰਨੀ ਚਾਹੀਦੀ ਜੀ। ਅਤੇ ਕੱਲ੍ਹ ਬਿਕਰਮ ਸਿੰਘ ਮਜੀਠੀਆ ਨੂੰ ਵੀ ਪੇਸ਼ੀ 'ਤੇ ਬੁਲਾਇਆ ਗਿਆ ਹੈ, ਅਤੇ ਇੱਕ ਪਾਸੇ ਕੇਜਰੀਵਾਲ ਨੂੰ ਵੀ ਸੰਮਣ ਭੇਜੇ ਜਾ ਰਹੇ ਨੇ, ਕੇਜਰੀਵਾਲ ਪੇਸ਼ ਨਹੀਂ ਹੋ ਰਹੀ। ਕੇਜਰੀਵਾਲ ਦੇ ਹੁਣ ਅੱਜ ਹਾਈਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ 16 ਮਾਰਚ ਨੂੰ ਕੇਜਰੀਵਾਲ ਪੇਸ਼ ਹੋਣ, ਅਤੇ ਕਿਉਂ ਕੇਜਰੀਵਾਲ ਪੇਸ਼ ਨਹੀਂ ਹੋ ਰਹੇ? ਕਿ ਜੇਕਰ ਕੇਜਰੀਵਾਲ ਕਹਿੰਦੇ ਨੇ ਕਿ ਇੱਕ ਪਾਸੇ ਮੈਂ ਕੱਟੜ ਇਮਾਨਦਾਰ ਹਾਂ, ਜੇ ਉਹ ਇਹ ਕੱਟੜ ਇਮਾਨਦਾਰ ਨੇ ਤਾਂ ਉਹ ਪੇਸ਼ ਕਿਉਂ ਹੋਣ ਉਹ ਕਹਿੰਦੇ ਨੇ? ਦੇਖੋ ਇਹ ਉਹਨਾਂ ਦਾ ਨਿੱਜੀ ਹੈ ਜੀ, ਪੇਸ਼ ਹੋਣਾ ਨਾ ਹੋਣਾ। ਕੱਲ੍ਹ ਬਿਕਰਮ ਸਿੰਘ ਮਜੀਠੀਆ ਕਹਿੰਦੇ ਨੇ ਵੀ ਮੈਨੂੰ ਚਾਹੇ 10 ਵਾਰ ਭਗਵੰਤ ਸਿੰਘ ਤੋਂ ਬੁਲਾ ਲੈ, ਮੈਂ ਪੇਸ਼ ਹੋਊਂਗਾ, ਤੇ ਆਪਣੇ ਆਕਾ ਨੂੰ ਵੀ ਕਹਿ ਉਹ ਵੀ ਪੇਸ਼ ਹੋਵੇ। ਉਹ ਕਦੇ ਪੇਸ਼ ਨਹੀਂ ਹੋਇਆ, ਜੋ ਸੱਚਾ ਉਹ ਪੇਸ਼ ਹੁੰਦਾ। ਉਹਨਾਂ ਨੇ ਬਿਕਰਮ ਮਜੀਠੀਆ ਨੇ ਵਾਰਡਿੰਗ ਦਿੱਤੀ ਹੈ, ਤੇ ਤੁਹਾਨੂੰ ਦੱਸ ਦਿੰਦਾ ਪਹਿਲਾਂ ਦੀ ਪਿਛਲੀ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਆਪਣੇ ਇਹਨਾਂ ਨੇ ਕਿਹਾ ਸੀ ਵੀ ਨਸ਼ਾ ਵੇਚਦਾ, ਇਹਦਾ ਪ੍ਰਚਾਰ ਕਰਿਆ ਗਿਆ ਬਿਕਰਮ ਮਜੀਠੀਆ ਦੇ ਉੱਤੇ, ਟਿੱਪਣੀਆਂ ਕੀਤੀਆਂ ਗਈਆਂ। ਉਹ ਤੋਂ ਬਾਅਦ ਜਦੋਂ ਇਲੈਕਸ਼ਨ ਸਾਰਾ ਕੁਛ ਲੰਘ ਗਿਆ ਤਾਂ ਕੇਜਰੀਵਾਲ ਵੱਲੋਂ ਮਾਫ਼ੀ ਵੀ ਮੰਗੀ ਇਹ ਗੱਲ ਦਿੱਤੇ, ਪਰ ਪੂਰੇ ਪੰਜਾਬ ਦੇ ਵਿੱਚ ਇਹ ਚਰਚਾ ਬਣਾਤੀ, ਬੱਚੇ ਬੱਚੇ ਦੇ ਮੂੰਹ ਤੇ ਕਰਤਾ ਵੀ ਬਿਕਰਮ ਮਜੀਠੀਆ ਚਿੱਟਾ ਵੇਚਦਾ, ਪੰਜਾਬ ਨੂੰ ਨਸ਼ੇ ਵੱਲ ਧੱਕਦਾ। ਮਤਲਬ ਬਾਅਦ ਦੇ ਵਿੱਚ ਆਪ ਤਾਂ ਮਾਫ਼ੀ ਮੰਗ ਕੇ ਪਿੱਛੇ ਹੋ ਗਏ, ਪਰ ਲੋਕਾਂ ਦੇ ਮਨਾਂ ਦੇ ਵਿੱਚ ਬਿਕਰਮ ਮਜੀਠੀਆ ਦੀ ਛਵੀ ਖਰਾਬ ਕਰਨ ਦੇ ਲਈ ਇਹ ਸ਼ੜਯੰਤਰ ਰਚਿਆ ਗਿਆ ਸੀ। ਤੇ
ਉਹ ਤੋਂ ਬਾਅਦ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ, ਧਿਆਨ ਰੱਖਿਓ ਇਹ ਗੱਲ ਲਿਖ ਕੇ ਲੈ ਲਓ, ਜਿਸ ਦਿਨ ਅਕਾਲੀ ਦਲ ਦੀ ਸਰਕਾਰ ਆ ਗਈ ਉਸ ਦਿਨ ਭਗਵੰਤ ਮਾਨ ਜਾਂ ਤਾਂ ਪੰਜਾਬ ਛੱਡ ਕੇ ਭੱਜੂ, ਨਹੀਂ ਭਗਵੰਤ ਮਾਨ ਦਾ ਉਹ ਹਾਲ ਕਰਨਗੇ, ਹੁਣ ਤੱਕ ਕਿਸੇ ਦਾ ਹੋਇਆ ਨਹੀਂ, ਇਹ ਮੇਰੇ ਤੋਂ ਗਰੰਟੀ ਲੈ ਲਓ। ਸੁਖਬੀਰ ਸਿੰਘ ਅਤੇ ਮਜੀਠੀਆ ਬਹੁਤ ਖਤਰਨਾਕ ਤਰ੍ਹਾਂ ਦੇ ਬੰਦੇ ਨੇ ਇਹ, ਮਤਲਬ ਵੀ ਫਿਰ ਇਹਨਾਂ ਨੇ ਵੀ ਆਪਣੀਆਂ ਰੰਜਿਸ਼ਾਂ ਪੂਰੀਆਂ ਕੱਢਣੀਆਂ ਨੇ। ਕਿਸ ਤਰ੍ਹਾਂ ਨਾਲ ਦਾਅਵਾ ਕਰ ਸਕਦੇ ਹੋ ਤੁਸੀਂ? ਇਹ ਮੇਰੇ ਤੋਂ ਲਿਖ ਕੇ ਲੈ ਲਓ ਤੁਸੀਂ, ਜੋ ਧੱਕਾ ਹੁਣ ਪੰਜਾਬ ਦੇ ਲੋਕਾਂ ਨਾਲ ਹੋ ਰਿਹਾ, ਮੰਨੋ ਚਾਹੇ ਨਾ ਮੰਨੋ, ਹਰ ਇੱਕ ਵਰਗ ਦੇ ਲੋਕਾਂ ਨਾਲ ਧੱਕਾ ਹੋ ਰਿਹਾ, ਪੱਤਰਕਾਰਾਂ ਦੇ ਨਾਲ ਧੱਕਾ ਹੋ ਰਿਹਾ, ਜਦ ਪੱਤਰਕਾਰ ਕੋਈ ਸਵਾਲ ਸਿੱਧਾ ਕਰਦਾ ਪਰਿਵਾਰ ਤੱਕ ਵੀ ਉਹਨਾਂ ਨੂੰ ਪ੍ਰੈਸ਼ਰ ਬਣਾਇਆ ਜਾਂਦਾ, ਕੁਝ ਪੱਤਰਕਾਰਾਂ ਦੇ ਚੈਨਲ ਵੀ ਬੰਦ ਕਰ ਦਿੱਤੇ ਜਾਂਦੇ ਨੇ, ਇਹ ਹੋਇਆ ਬਹੁਤ ਵਾਰ ਹੋਇਆ, ਕਈ ਖੁੱਡੇ ਲੈਣ ਲਾ ਤੇ ਪੱਤਰਕਾਰ ਤੇ ਫਿਰ ਉਹਨਾਂ ਦੀ ਬੋਲੀ ਬੋਲਣੀ ਪੈਂਦੀ ਹੈ। ਜਦ ਫਾਈਨੈਂਸ਼ੀਅਲ ਤਰੀਕੇ ਦੇ ਉੱਤੇ ਬੰਦਾ ਕਮਜ਼ੋਰ ਹੋ ਗਿਆ ਤਾਂ ਫਿਰ ਸਰਕਾਰ ਦਾ ਪੈਸਾ ਉਹਨਾਂ ਤੇ ਹਾਵੀ ਹੁੰਦਾ ਕੁਝ ਪੱਤਰਕਾਰਾਂ ਤੇ। ਇਹ ਹੈ ਵੀ ਇਹ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਇਹ ਪੱਕੀ ਤਾਂ ਹੈ ਨਹੀਂ, ਹੁਣ 3 ਸਾਲ ਲੰਘ ਗਏ, 2 ਰਹਿ ਗਏ, ਹੈ ਨਾ, ਉਹ ਤੋਂ ਬਾਅਦ ਕੀ ਕਰੋਗੇ? ਚਲੋ ਹਜੇ ਤਾਂ ਲੋਕ ਸਭਾ ਦੀਆਂ ਚੋਣਾਂ ਨੇ, ਉਹਦੇ ਵਿੱਚ ਹੀ ਪਤਾ ਲੱਗ ਜੂਗਾ ਵੀ 13 ਦੀਆਂ 13 ਸੀਟਾਂ ਕੱਢਦੇ ਨੇ ਜਾਂ ਨਹੀਂ, ਕਿਉਂਕਿ ਦਾਅਵਾ ਕਰਿਆ ਜਾਂਦਾ, ਹੈ ਨਾ। ਤੇ ਪਰ ਇੱਕ ਗੱਲ ਹੈ ਵੀ ਮਾਸਟਰ ਮਾਇੰਡ ਬਹੁਤ ਨੇ ਆਮ ਪਾਰਟੀ ਵਾਲੇ, ਮਤਲਬ ਵੀ ਦਾਅ ਉਹ ਬੰਦੇ ਤੇ ਖੇਡਦੇ ਨੇ ਜਿਹਦੇ ਚਾਂਸ 90% ਜਿੱਤਣ ਤੇ ਹੁੰਦੇ। ਕਿਸ ਤਰ੍ਹਾਂ? ਹੁਣ ਅਫਵਾਹਾਂ ਆ ਰਹੀਆਂ ਨੇ, ਕਹਿੰਦੇ ਜੀ ਅਨਮੋਲ ਕਵਾਤਰੇ ਨੂੰ ਆਮ ਆਦਮੀ ਪਾਰਟੀ ਤੋਂ ਅਸੀਂ ਟਿਕਟ ਲੜਾਵਾਂਗੇ। ਅਫਵਾਹਾਂ ਨੇ ਜੀ, ਕਲੀਅਰ ਨਹੀਂ, ਅਸੀਂ ਵੀ ਨਹੀਂ ਕਲੀਅਰ ਕਰਦੇ, ਮਤਲਬ ਜੇਕਰ ਉੱਥੇ ਤੋਂ ਅਨਮੋਲ ਕਵਾਤਰਾ ਟਿਕਟ ਲੜਦਾ ਤਾਂ 90% ਚਾਂਸ ਲੋਕਾਂ ਦੇ ਨਜ਼ਰੀਏ ਤੋਂ ਬਣਦੇ ਨੇ ਅਨਮੋਲ ਕਵਾਤਰੇ ਦੇ ਜਿੱਤਣ। ਜੋ ਇਹ ਅਫਵਾਹਾਂ ਨੇ ਅਸੀਂ ਸ਼ੋਰਟੀ ਨਾਲ ਨਹੀਂ ਕਹਿ ਸਕਦੇ, ਜੋ ਤੁਹਾਨੂੰ ਦੱਸਦੇ ਹਾਂ। ਇੱਕ ਅਫਵਾਹਾਂ ਇਹ ਵੀ ਆਈਆਂ ਸੀ ਵੀ ਡਾਕਟਰ ਨੇ DHO ਲਖਵੀਰ ਸਿੰਘ ਜੋ ਆਪਣੇ ਹੁਸ਼ਿਆਰਪੁਰ ਤੋਂ ਜੋ ਛਾਪੇਮਾਰੀ ਕਰਦੇ ਸੀ ਬਹੁਤ ਹਾਈਪ ਤੇ ਲਿਆਂਦਾ ਗਿਆ, ਹੁਣ ਪਤਾ ਲੱਗਦਾ ਵੀ ਉਹ ਵੀ ਆਪ ਜੁਆਇਨ ਕਰ ਰਹੇ ਨੇ, ਸ਼ਾਇਦ ਉਹਨਾਂ ਨੂੰ ਵੀ ਹੁਸ਼ਿਆਰਪੁਰ ਤੋਂ ਟਿਕਟ ਮਿਲ ਸਕਦੀ ਹੈ। ਮਤਲਬ ਵੀ ਦਾ ਇਹ ਚੰਗਾ ਖੇਡਦੇ ਨੇ, ਪਹਿਲਾਂ ਵੀ ਖੇਡਦੇ ਆਏ ਨੇ, ਇਹ ਗੱਲ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ, ਅਕਾਲੀ ਦਲ ਇਸ ਸਮੇਂ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਉੱਠ ਰਿਹਾ, ਕਿਉਂਕਿ 2022 ਦੇ ਵਿੱਚ ਜੋ ਹਾਲ ਸੀ, ਜੋ ਹਾਲਾਤ ਸੀ, ਉਹ ਤੋਂ ਉੱਭਰ ਰਿਹਾ ਤੇ ਨਵੇਂ ਯੂਥ ਪ੍ਰਧਾਨ ਲਾਏ ਸੀ ਸਰਬਜੀਤ ਸਿੰਘ ਝਿੰਜਰ, ਉਹਨਾਂ ਵੱਲੋਂ ਐਫਰਟ ਕੀਤੇ ਗਏ ਨੇ, ਨਵੇਂ ਨੌਜਵਾਨਾਂ ਨੂੰ ਜੋੜਿਆ ਗਿਆ, ਨਵੀਆਂ ਕਮੇਟੀਆਂ ਬਣਾਈਆਂ ਗਈਆਂ ਨੇ, ਨਵੇਂ ਸਕੱਤਰ ਚੁਣੇ ਗਏ ਨੇ ਹਲਕਿਆਂ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ ਪ੍ਰਧਾਨ ਨਵੇਂ ਲਾਏ ਗਏ ਨੇ, ਗਰਾਊਂਡ ਜ਼ੀਰੋ ਤੋਂ ਇੰਨਾ ਵਧੀਆ ਲੈਵਲ 'ਤੇ ਕੰਮ ਕਰ ਰਹੇ ਨੇ ਵੀ ਲੋਕ ਅਕਾਲੀ ਦਲ ਨੂੰ ਮੁੜ ਤੋਂ ਪਸੰਦ ਕਰਨਾ ਸ਼ੁਰੂ ਕਰ ਚੁੱਕੇ ਨੇ, ਕਿਉਂਕਿ ਕਿਤੇ ਨਾ ਕਿਤੇ ਜਿਹੜਾ ਧੱਕਾ ਆਮ ਆਦਮੀ ਪਾਰਟੀ ਕਰਦੀ ਹੈ ਉਹ ਧੱਕੇ ਦਾ ਜਿਹੜਾ ਹੱਲ ਹੈ ਉਹ ਕਾਂਗਰਸ ਤੇ ਅਕਾਲੀ ਦਲ, ਤੇ ਲੋਕ ਹੁਣ ਅਕਾਲੀ ਦਲ ਨੂੰ ਦੁਬਾਰਾ ਦੇਖਣਾ ਪਸੰਦ ਕਰਦੇ ਨੇ। ਸੋਸ਼ਲ ਮੀਡੀਆ ਤੁਸੀਂ ਚੈੱਕ ਕਰਿਓ, ਕੁਝ ਅਜਿਹੇ ਲੋਕ ਸੀ ਜਿਹੜੇ 2022 ਦੀਆਂ ਚੋਣਾਂ ਦੇ ਵਿੱਚ ਬਾਦਲਾਂ ਖਿਲਾਫ ਕੱਟੜ ਕੂੜ ਪ੍ਰਚਾਰ ਕਰਦੇ ਸੀ, ਕੂੜ ਪ੍ਰਚਾਰ ਪੂਰਾ, ਤੇ ਹੁਣ ਉਹੀ ਬੰਦੇ ਬਾਦਲਾਂ ਦੇ ਪੱਖ ਚ ਬੋਲਦੇ ਨੇ। ਬਹੁਤ ਸਾਡੇ ਪੱਤਰਕਾਰ ਭਾਈਚਾਰਾ ਵੀ ਸੀ ਜਿਹੜਾ ਜੀ ਪਹਿਲਾਂ ਹਾਏ ਆਮ ਪਾਰਟੀ ਚੰਗੀ, ਹਾਏ ਆਮ ਪਾਰਟੀ ਚੰਗੀ, ਮਾੜੇ ਜੀ ਕਾਂਗਰਸੀ, ਮਾੜੇ ਅਕਾਲੀ, ਹੁਣ ਜਦੋਂ ਸੱਤਾ ਦੇ ਵਿੱਚ ਆ ਗਏ ਹੁਣ ਖਾਮੀਆਂ ਨਿਕਲੀਆਂ ਨੇ, ਹੁਣ ਉਹਨਾਂ ਨੇ ਦੇਖਿਆ ਵੀ ਹਾਂ ਆਮ ਪਾਰਟੀ ਕੀ ਗਲਤ ਕਰਦੀ ਹੈ। ਜਦੋਂ ਉਹ ਵਿਰੋਧੀ ਧਿਰ ਹੋ ਕੇ ਆਮ ਪਾਰਟੀ ਦੇ ਖਿਲਾਫ ਬੋਲਦੇ ਨੇ, ਆਮ ਪਾਰਟੀ ਦੇ ਖਿਲਾਫ ਗੱਲ ਕਰਦੇ ਨੇ ਤਾਂ ਉਹਨਾਂ 'ਤੇ ਪ੍ਰੈਸ਼ਰ ਬਣਾਇਆ ਜਾਂਦਾ ਸਰਕਾਰ ਵੱਲੋਂ, ਡਰਾਬੇ ਦਿੱਤੇ ਜਾਂਦੇ ਨੇ, ਤੇ ਫਿਰ ਹੁਣ ਉਹਨਾਂ ਨੂੰ ਪਤਾ ਲੱਗਿਆ
ਵੀ ਸਰਕਾਰਾਂ ਕਿਸ ਤਰ੍ਹਾਂ ਲੋਕਾਂ 'ਤੇ ਹਾਵੀ ਹੁੰਦੀਆਂ ਨੇ, ਕਿਸ ਤਰ੍ਹਾਂ ਇੰਡਸਟਰੀ 'ਤੇ ਹਾਵੀ ਹੁੰਦੀਆਂ ਨੇ, ਕਿਸ ਤਰ੍ਹਾਂ ਪੱਤਰਕਾਰਾਂ 'ਤੇ ਹਾਵੀ ਹੁੰਦੀਆਂ ਨੇ, ਅਤੇ ਫਿਰ ਹੁਣ ਉਹ ਅਸਲੀ ਪਰਖ ਕਰਦੇ ਨੇ ਅਤੇ ਹੁਣ ਉਹ ਅਕਾਲੀ ਦਲ ਨੂੰ ਚੰਗਾ ਬੋਲਦੇ ਨੇ, ਸੁਖਬੀਰ ਸਿੰਘ ਬਾਦਲ ਨੂੰ ਖਾਸ ਕਰ, ਉਹਨਾਂ ਦੀ ਲਾਲ ਡੈਰੀ ਦੀ ਬਹੁਤ ਗੱਲ ਕਰਦੇ ਨੇ। ਸੁਖਬੀਰ ਬਾਦਲ ਉਹਨਾਂ ਦੀ ਲਾਲ ਡੈਰੀ ਹੈ ਜਿਹਦੇ ਵਿੱਚ ਇਕੱਲਾ ਇਕੱਲਾ ਉਹਨਾਂ ਦਾ ਲਿਖਿਆ ਜਾਂਦਾ ਵੀ ਹਾਂ ਕਿਹੜਾ ਬੰਦਾ ਧੱਕਾ ਕਰਦਾ ਵੀ ਉਹ ਅਸੀਂ ਸਰਕਾਰ ਆਏ ਅਤੇ ਉਹ ਅਸੀਂ ਡੈਰੀ ਖੋਲਾਂਗੇ। ਮਤਲਬ ਇਹ ਹੈ, ਇਹ ਗੱਲਾਂ ਨੇ ਕੁਛ। ਅਸੀਂ ਅਪੀਲ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ, ਸਾਡੇ CM ਨੇ, ਵੀ ਜੋ ਵਿਧਾਇਕ ਨੇ ਜਾਂ ਜੋ ਵਰਕਰ ਨੇ ਆਮ ਆਦਮੀ ਪਾਰਟੀ ਦੇ, ਉਹ ਗਰਾਊਂਡ ਲੈਵਲ 'ਤੇ ਵੀ ਧੱਕਾ ਬਹੁਤ ਕਰਦੇ ਨੇ। ਸਾਡੇ ਕੋਲ ਬਹੁਤ ਵੀਡੀਓ ਨੇ ਕਿਉਂਕਿ ਸ਼ਰੇਆਮ ਧੱਕਾ ਕਰਦੇ ਨੇ, ਉਹਨਾਂ ਨੂੰ ਇਹਨਾਂ 'ਤੇ ਨਕੇਲ ਕੱਸਣੀ ਚਾਹੀਦੀ ਹੈ। ਕਿਉਂਕਿ ਦੇਖੋ, ਛਵੀ ਭਗਵੰਤ ਸਿੰਘ ਮਾਨ ਉਹਨਾਂ ਦੀ ਖਰਾਬ ਹੋਣੀ ਹੈ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ। ਜੇਕਰ ਕੋਈ ਵਰਕਰ, ਕੋਈ MLA, ਕੋਈ ਛੋਟਾ ਲੀਡਰ ਜਾਂ ਵਲੰਟੀਅਰ ਕੁਛ ਵੀ ਹਰਕਤ ਕਰਦਾ ਜਾਂ ਉਹ ਹਰਕਤ ਵੱਡੇ ਲੈਵਲ 'ਤੇ ਉੱਭਰ ਕੇ ਆ ਗਈ, ਨੁਕਸਾਨ ਭਗਵੰਤ ਸਿੰਘ ਮਾਨ ਉਹਨਾਂ ਨੂੰ। ਅਸੀਂ ਮੰਨਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਪੰਜਾਬ ਹਿਤੈਸ਼ੀ ਹੈਗੇ ਨੇ, ਪੰਜਾਬ ਦਾ ਦਰਦ ਉਹਨਾਂ ਦੇ ਅੰਦਰ ਝਲਕਦਾ, ਪੰਜਾਬ ਬਾਰੇ ਉਹਨਾਂ ਨੇ ਬਹੁਤ ਕੁਛ ਕੀਤਾ, ਅੱਗੇ ਵੀ ਕਰਨਗੇ। ਪਰ ਜੇਕਰ ਰਾਜਾ ਇਮਾਨਦਾਰ ਹੈ, ਪ੍ਰਜਾ ਉਹਦੀ ਇਮਾਨਦਾਰ ਨਹੀਂ ਹੈਗੀ, ਤਾਂ ਢਾ ਤਾਂ ਰਾਜੇ ਦੀ ਕੁਰਸੀ ਨੂੰ ਲੱਗਣੀ ਹੈ, ਪ੍ਰਜਾ ਨੂੰ ਨਹੀਂ ਲੱਗਣੀ। ਮਤਲਬ ਇਹ ਗੱਲ ਦਾ ਧਿਆਨ ਭਗਵੰਤ ਸਿੰਘ ਮਾਨ ਨੂੰ ਦੇਣਾ ਚਾਹੀਦਾ ਵੀ ਜਿਹੜੀ ਉਹਨਾਂ ਦੀ ਪ੍ਰਜਾ ਹੈ, ਜਿਹੜੇ ਉਹਨਾਂ ਦੇ MLA ਨੇ ਜਾਂ ਮੰਤਰੀ ਨੇ ਜਾਂ ਲੀਡਰ ਨੇ ਜਾਂ ਵਰਕਰ ਨੇ, ਵਲੰਟੀਅਰ ਨੇ, ਉਹਨਾਂ ਦਾ ਗਲਤ ਕੰਮ ਦੇ ਵਿੱਚ ਸਾਥ ਭਗਵੰਤ ਸਿੰਘ ਮਾਨ ਉਹਨਾਂ ਨੂੰ ਦੇਣਾ ਨਹੀਂ ਚਾਹੀਦਾ। ਇਹ ਗੱਲ ਹੈ ਜੋ ਅਸੀਂ ਉਹਨਾਂ ਨੂੰ ਅਪੀਲ ਕਰਦੇ। ਤੁਸੀਂ ਦੇਖਿਆ ਹੈ ਕਿ ਇੱਕ ਪੱਤਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਿਆ ਜਾਂਦਾ ਹੈ, ਅਤੇ ਜਦੋਂ ਬਿਕਰਮ ਮਜੀਠੀਆ ਰਾਜਪਾਲ ਕੋਲ ਕਥਿਤ ਵੀਡੀਓ ਲੈ ਕੇ ਜਾਂਦੇ ਨੇ, ਤਾਂ ਉੱਥੋਂ ਇੱਕ ਪੱਤਰਕਾਰ ਸਵਾਲ ਪੁੱਛਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਅੱਜ ਰਾਜਪਾਲ ਨੂੰ ਇੱਕ ਵੀਡੀਓ ਸੌਂਪੀ ਆ, ਤਾਂ ਕੀ ਇਹਦੇ ਪਰ ਐਕਸ਼ਨ ਹੋਊਗਾ? ਉਹਨਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਕੋਈ MLA ਆ, ਤਾਂ ਮੈਂ ਅੱਜ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਇੱਕ ਪੰਜਾਬ ਦੀ ਆਵਾਜ਼ ਕੀ MLA ਚੱਕ ਸਕਦਾ ਹੈ? ਆਹੀ ਤਾਂ ਹੋ ਗਿਆ ਨਾ, ਮੈਂ ਜਿਹੜੀ ਪਹਿਲਾਂ ਗੱਲ ਕਹਿ ਕੇ ਹਟੇ ਹੰਕਾਰ, ਮਤਲਬ ਕੋਈ ਬੰਦਾ ਸਵਾਲ ਕਰ ਹੀ ਨਹੀਂ ਸਕਦਾ। ਲੋਕਤੰਤਰ ਹੈ, ਅਸੀਂ ਸਵਾਲ ਕਰਨ ਦਾ ਸਾਡਾ ਹੱਕ ਹੈ, ਸਾਡਾ ਬਣਦਾ, ਅਸੀਂ ਸਵਾਲ ਕਰਾਂਗੇ, ਚਾਹੇ ਕੋਈ ਸਾਬਕਾ MLA ਆ, ਸਾਬਕਾ ਮੰਤਰੀ ਹੈ, ਚਾਹੇ ਮੌਜੂਦਾ MLA, ਚਾਹੇ ਆਮ ਕੋਈ ਵਰਕਰ ਹੈ, ਚਾਹੇ ਰੇਹੜੀ ਵਾਲਾ, ਚਾਹੇ ਕੁਲਚੇ ਵੇਚਣ ਵਾਲਾ ਬੰਦਾ, ਸਵਾਲ ਕਰੂਗਾ ਤੇ ਸੱਤਾਧਿਰ ਨੂੰ ਸਵਾਲ ਦਾ ਜਵਾਬ ਦੇਣਾ ਪਊਗਾ। ਕਿਉਂਕਿ ਜਦੋਂ ਸਵਾਲ ਦੇ ਜਵਾਬ ਨਹੀਂ ਹੁੰਦੇ ਨਾ, ਤਾਂ ਇਹ ਜੇ ਰਿਪਲਾਈ ਦਿੱਤੇ ਜਾਂਦੇ ਨੇ। ਜਦ ਜਵਾਬ ਨਹੀਂ ਹੈਗਾ ਤਾਂ ਕੰਨੀ ਕਤਰਾਉਂਦਾ ਬੰਦਾ, ਤਾਂ ਬੰਦਾ ਇਹ ਜੇ ਜਵਾਬ ਦੇ ਦਿੰਦਾ। ਕੀ ਉਹ ਮੰਤਰੀਆਂ 'ਤੇ ਕਦੇ ਐਕਸ਼ਨ ਨਹੀਂ ਹੋਊਗਾ? ਦੇਖੋ, ਇਹ ਹੁਣ ਇਹਨਾਂ ਦੀਆਂ ਸਰਕਾਰਾਂ ਨੇ, ਇਹਨਾਂ ਦੇ ਹੱਥ ਹੈ। ਅਪੀਲ ਤਾਂ ਅਸੀਂ ਕਰਦੇ ਹਾਂ, ਬਾਕੀ 27 ਦੇ ਵਿੱਚ ਪਤਾ ਲੱਗ ਜੂਗਾ ਜਦੋਂ ਦੁਬਾਰਾ ਵਿਧਾਨ ਸਭਾ ਦੀ ਚੋਣ ਹੋਊਗੀ, ਲੋਕ ਕੀ ਫਤਵਾ ਦਿੰਦੇ ਨੇ, ਫਿਰ ਕਾਰਵਾਈਆਂ ਤਾਂ ਫੇਰ ਹੋਣੀਆਂ ਨੇ। ਜਿਵੇਂ ਹੁਣ ਸਾਧੂ ਸਿੰਘ ਧਰਮਸੋਤ ਉਹਨਾਂ 'ਤੇ ਹੋਈ, ਬਿਕਰਮ ਸਿੰਘ ਮਜੀਠੀਆ ਵੀ ਜੇਲ੍ਹ ਜਾ ਕੇ ਆ ਗਏ, ਅਤੇ ਆਪਣੇ ਸੁਖਪਾਲ ਸਿੰਘ ਖਹਿਰਾ ਉਹਨੇ ਵੀ ਅੰਦਰ ਗਏ ਨੇ। ਜਦੋਂ ਸਰਕਾਰਾਂ ਬਦਲਦੀਆਂ ਨੇ ਨਾ, ਕੁਛ ਕੁ ਲੀਡਰਾਂ ਨੂੰ ਵਿਪਤਾ ਪੈਂਦੀ ਹੈ, 27 ਦੇ ਵਿੱਚ ਵੀ ਪਊਗੀ, ਇਹ ਗਰੰਟੀ ਹੈ, ਜੇਕਰ ਸਰਕਾਰ ਕੋਈ ਬਦਲਦੀ ਹੈ ਤਾਂ। ਆਮ ਆਦਮੀ ਪਾਰਟੀ ਤਾਂ ਪਹਿਲੇ ਹੀ ਦਾਅਵੇ ਕਰ ਰਹੀ ਹੈ ਕਿ ਹੁਣ 2027 ਦੇ ਵਿੱਚ ਵੀ ਸਾਡੀ ਪਾਰਟੀ ਆਊਗੀ। ਅਕਾਲੀ ਦਲ ਵੀ ਕਰਦੀ ਹੈ, ਕਾਂਗਰਸ ਵੀ ਕਰਦੀ ਹੈ, ਦਾਅਵਾ ਕਰਨਾ ਕੋਈ ਗਲਤ ਗੱਲ ਨਹੀਂ। ਹੁਣ ਉਹ 'ਚ ਵੀ ਕਹਿੰਦੇ ਨੇ ਜੀ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ, ਆਮ ਪਾਰਟੀ ਵਾਲੇ, ਲੋਕ ਸਭਾ ਦੀਆਂ। ਅਕਾਲੀ ਦਲ ਜੀ ਕਹਿੰਦਾ ਅਸੀਂ ਵੀ ਜਿੱਤਾਂਗੇ, BJP ਕਹਿੰਦਾ ਅਸੀਂ ਵੀ ਜਿੱਤਾਂਗੇ। ਦਾਅਵਾ ਕੋਈ ਵੀ ਕਰ ਸਕਦਾ, ਇਹ ਤਾਂ ਲੋਕਾਂ ਨੇ ਫਤਵਾ ਦੇਣਾ। ਲੋਕ ਕੀ ਕਰਦੇ ਨੇ, ਲੋਕ 24 ਦੇ ਵਿੱਚ ਕਿਹਨੂੰ ਸੱਤਾ 'ਚ ਲੈ ਕੇ ਆਉਂਦੇ ਨੇ, 27 ਦੇ ਵਿੱਚ ਕਿਹਨੂੰ ਲੈ ਕੇ ਆਉਂਦੇ ਨੇ, ਇਹ ਤਾਂ ਲੋਕਾਂ ਦੇ ਹੱਥ ਹੈ। ਦਾਅਵੇ ਤਾਂ ਲੱਖ ਬੰਦਾ ਕਰੀ ਜਾਵੇ,
ਦਾਅਵੇ ਨਾਲ ਨਾ ਤਾਂ ਕੋਈ ਸਰਕਾਰ ਚੱਲਣੀ ਹੈ, ਠੀਕ ਹੈ, ਤੇ ਲੋਕਾਂ ਦੇ ਫਤਵੇ ਨਾਲ ਹੀ ਸਾਰਾ ਕੁਛ ਆ। ਇੱਕ ਸਵਾਲ ਮੇਰਾ ਹੋਰ ਸੀ, ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਸਿੱਧਾ ਚੈਲੰਜ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਚਾਹੇ ਪੇਸ਼ੀ ਮੇਰੇ ਤੇ ਜਿਹੜੇ ਕੇਸ ਕਰਨੇ ਆ ਕਰ ਦਿਓ, ਮੈਂ ਹਰ ਹਫ਼ਤੇ ਪੇਸ਼ ਹੋਵਾਂਗਾ। ਪਰ ਜਿਹੜਾ ਪਿੱਛੇ ਉਹਨਾਂ ਨੇ ਕਿਹਾ ਸੀਗਾ ਕਿ ਮੇਰੀ ਪੇਸ਼ੀ ਹੈ, ਪਰ ਉਹਨੂੰ ਖ਼ਬਰ ਲੈ ਕੇ ਹਜੇ ਕੋਈ ਬਾਹਰ ਨਹੀਂ ਆਈ ਹੈਗੀ। ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਸ਼ੀ ਨਹੀਂ ਦਿੱਤੀ? ਨਹੀਂ, ਪੇਸ਼ੀ ਤੇ ਗਏ ਵੀ ਹੋਣੇ, ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਫਿਲਹਾਲ, ਗਏ ਵੀ ਹੋਣੇ, ਪਰ ਜਿਹੜਾ ਅਰਵਿੰਦ ਕੇਜਰੀਵਾਲ ਉਹ ਤਾਂ ਜਾ ਨਹੀਂ ਰਹੇ, 7-8 ਪੇਸ਼ੀਆਂ ਹੋ ਗਈਆਂ ਉਹ ਤਾਂ ਜਾ ਨਹੀਂ ਰਹੇ, ਜਿਹਨੇ ਜਾਣਾ ਹੁੰਦਾ ਉਹ ਜਾਂਦਾ, ਜੋ ਸੱਚਾ ਹੁੰਦਾ ਉਹ ਜਾਂਦਾ, ਠੀਕ ਹੈ। ਤੇ ਇਹਨਾਂ ਤੇ ਮਾਨ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਉਹਨੇ ਕੇਸ ਕਰਿਆ ਸੀ, ਇਹਦੇ ਬਾਰੇ ਮੈਨੂੰ ਫਿਲਹਾਲ ਜਾਣਕਾਰੀ ਨਹੀਂ ਉਹ ਗਏ ਕਿ ਨਹੀਂ ਗਏ, ਤੇ ਇਹ ਟੌਪਿਕ ਦਾ ਫਿਲਹਾਲ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਇਹਦੇ ਬਾਰੇ ਡਿਸਕਸ ਜ਼ਰੂਰ ਕਰਾਂਗੇ। ਤੇ ਦੂਜੇ ਪਾਸੇ ਜੇ ਗੱਲ ਕਰੀਏ ਸੁੱਖ ਵਿਲਾਸ ਨੂੰ ਲੈ ਕੇ ਵੀ ਲਗਾਤਾਰ ਸਵਾਲ ਆ ਜਿਹੜੇ ਅਕਾਲੀ ਦਲ ਤੇ ਚੱਕ ਰਹੇ ਨੇ, ਤੇ ਉੱਥੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਕਾਲੀਆਂ ਤੋਂ ਕਿਉਂ ਜਵਾਬ ਦਵਾ ਰਹੇ ਹੋ ਤੁਸੀਂ, ਕਹਿੰਦੇ ਸੁੱਖ ਵਿਲਾਸ ਨੂੰ ਲੈ ਕੇ ਸੁਖਬੀਰ ਬਾਦਲ ਆਪ ਕਿਉਂ ਨਹੀਂ ਸਵਾਲ ਕਰਦੇ, ਆਪ ਕਿਉਂ ਨਹੀਂ ਜਵਾਬ ਦਿੰਦੇ? ਕਹਿੰਦੇ ਜੇ ਮੈਨੂੰ ਕਹਿ ਰਹੇ ਨੇ ਵੀ ਮੇਰੇ ਤੇ ਕੇਸ ਪਾ ਦੇਵਾਂਗੇ, ਕਹਿੰਦੇ ਮੈਂ ਕਿਉਂ ਮਾਫ਼ੀ ਮੰਗਾਂ, ਮੈਂ ਮੇਰੇ ਤੇ ਕੇਸ ਜਿਹੜਾ ਪਾਉਣਾ ਹੈ ਪਾ ਦਿਓ। ਕੀ ਕਹਿਣਾ ਚਾਹੋਗੇ ਇਸ ਚੀਜ਼ ਬਾਰੇ ਸੁੱਖ ਵਿਲਾਸ ਨੂੰ ਲੈ ਕੇ? ਦੇਖੋ, ਸੁੱਖ ਵਿਲਾਸ ਦਾ ਇਹ ਪਹਿਲਾਂ ਵੀ ਪਿਛਲੇ ਸਾਲ ਨੀਅਰ ਅਬਾਊਟ 1.5 ਸਾਲ ਹੋ ਗਿਆ, ਕੁਲਦੀਪ ਸਿੰਘ ਧਾਰੀਵਾਲ ਉਹਨੀ ਮੰਤਰੀ ਸੀ, ਉਹਨਾਂ ਨੇ ਮੁੱਦਾ ਚੁੱਕਿਆ, ਅਸੀਂ ਜੀ ਇਹਨਾਂ ਤੇ ਕਾਰਵਾਈ ਕਰਾਵਾਂਗੇ, ਨਜਾਇਜ਼ ਹੈ, ਫਲਾਣਾ ਢਮਕਾਣਾ, ਜੇ ਵੋ ਬਿਆਨ ਆਇਆ, ਤੇ ਮੈਨੂੰ ਲੱਗਦਾ ਮਹੀਨੇ ਦੇ ਅੰਦਰ ਅੰਦਰ ਉਹਨਾਂ ਤੋਂ ਮਹਿਕਮੇ ਖੋਲਿਆ। ਇਹ ਕਾਰਨ ਕੀ ਸੀ, ਮਹਿਕਮਾ ਕਿਉਂ ਖੋਇਆ, ਕਿਉਂ ਨੀ ਕਾਰਵਾਈ ਹੋਈ ਉਦੋਂ? ਦੇਖੋ, ਗੱਲ ਇਹ ਹੁੰਦੀ ਹੈ ਜਿਹੜਾ ਮੁੱਖ ਮੰਤਰੀ ਹੈ ਉਹਦੇ ਟੇਬਲ ਤੇ ਸਾਰੀਆਂ ਫਾਈਲਾਂ ਪਈਆਂ ਨੇ, ਸਾਰਾ ਕੁਛ ਮੁੱਖ ਮੰਤਰੀ ਦੇ ਹੱਥ ਦੇ ਵਿੱਚ ਹੈ, ਤੁਸੀਂ ਪ੍ਰੈਸ ਕਾਨਫਰੰਸ ਕਰਨ ਦੀ ਬਜਾਏ ਤੁਸੀਂ ਕਾਰਵਾਈ ਕਰ ਦਿਓ, ਤੁਸੀਂ ਲੋਕਾਂ ਦੇ ਵਿੱਚ ਵਾਹੋ-ਵਾਹੀ ਖੱਟਣ ਦੇ ਕਰਕੇ ਤੁਸੀਂ ਪ੍ਰੈਸ ਕਾਨਫਰੰਸ ਕਰ ਦਿੰਦੇ ਹੋ, ਹਾਂਜੀ ਅਸੀਂ ਫਲਾਣਾ ਕਰਾਂਗੇ, ਢੀਂਗਾ ਕਰਾਂਗੇ। ਜੇ ਤੁਸੀਂ ਨੇ ਕਾਰਵਾਈ ਕਰਨੀ, ਤੁਸੀਂ CM ਹੋ ਪੰਜਾਬ ਦੇ, ਤੁਹਾਡੇ ਕੋਲ ਮਹਿਕਮੇ ਨੇ, ਤੁਸੀਂ ਗ੍ਰਹਿ ਮੰਤਰੀ ਹੋ, ਤੁਸੀਂ ਕਈ ਮਹਿਕਮੇ ਨੇ, ਹੋਰ ਮੰਤਰੀ ਨੇ, ਤੁਸੀਂ ਪ੍ਰੈਸ ਕਾਨਫਰੰਸ ਦੀ ਬਜਾਏ ਤੁਸੀਂ ਕਾਰਵਾਈ ਕਰ ਦਿਓ। ਕਿਉਂਕਿ ਦੇਖੋ, ਲੋਕਾਂ ਦੇ ਵਿੱਚ ਪ੍ਰਚਲਿਤ ਹੋਣ ਵਾਸਤੇ ਇਹ ਛੋਸ਼ੇਬਾਜ਼ੀਆਂ ਖੇਡੀਆਂ ਜਾਂਦੀਆਂ ਨੇ। ਪਿੱਛੇ ਜੀ ਇੱਕ ਭਗਵੰਤ ਮਾਨ ਸਾਹਿਬ ਇੱਕ ਖਿਡਾਰੀ ਨੂੰ ਲੈ ਕੇ ਆਏ ਸੀ, ਏਦਾਂ ਏਦਾਂ ਇਸ਼ਾਰੇ ਕਰਦੇ ਸੀ, 2 ਕਰੋੜ 2 ਕਰੋੜ ਚਰਨਜੀਤ ਚੰਨੀ ਉਹਨਾਂ 'ਤੇ ਇਲਜ਼ਾਮ ਲਾਏ ਸੀ, ਅਤੇ ਮੈਨੂੰ ਨਹੀਂ ਲੱਗਦਾ ਹਜੇ ਤੱਕ ਉਹ ਖਿਡਾਰੀ ਨੂੰ ਨੌਕਰੀ ਮਿਲ ਗਈ, ਕੋਈ ਚੰਨੀ 'ਤੇ ਕਾਰਵਾਈ ਹੋ ਗਈ, ਲੋਕਾਂ ਦੇ ਵਿੱਚ ਵਾਹੋ-ਵਾਹੀ ਹੋ ਗਈ ਜੀ, ਹਾਂਜੀ ਸਾਡੇ ਭਗਵੰਤ ਸਿੰਘ ਮਾਨ ਉਹਨੀ ਕਾਰਵਾਈ ਕਰਨਗੇ। ਮਤਲਬ ਮੁੱਕਦੀ ਗੱਲ ਇਹ, ਮੈਂ ਫਿਰ ਕਹਿਣਾ, ਮੁੱਕਦੀ ਗੱਲ ਇਹ ਹੈ ਵੀ ਲੋਕਾਂ 'ਚ ਪ੍ਰੈਸ ਕਾਨਫਰੰਸ ਕਰਕੇ ਵਾਹੋ-ਵਾਹੀ ਖੱਟਣ ਦੀ ਬਜਾਏ ਤੁਹਾਡੇ ਕੋਲ ਫਾਈਲਾਂ ਨੇ, ਸਿੱਧੀ ਕਾਰਵਾਈ ਕਰੋ। ਕਦੇ ਜੀ ਵਿਧਾਨ ਸਭਾ ਦੇ ਵਿੱਚ ਰਾਜਾ ਵੜਿੰਗ 'ਤੇ ਹਮਲਾ ਬੋਲਿਆ ਜਾਂਦਾ, ਹਾਂ ਵੀ ਤੇਰੀਆਂ ਬੱਸਾਂ 'ਤੇ ਕਾਰਵਾਈ ਕਰੂੰ, ਕਦੇ ਕਿਸੇ ਨੂੰ ਗੈਂਗਸਟਰਾਂ ਦੀ ਧਮਕੀ ਜੀ ਤੁਸੀਂ ਗੈਂਗਸਟਰਾਂ ਨਾਲ ਲਿੰਕ ਨੇ, ਕਦੇ 2 ਦਿਨ ਰੁਕੋ ਤੁਸੀਂ ਹੱਸਦੇ ਨਹੀਂ ਦਿਖ ਰਹੇ, ਤੁਹਾਡੇ 'ਤੇ ਕਾਰਵਾਈ ਹੋਊ, ਤੁਸੀਂ ਭਾਈ ਕਰੋ। ਸੈਸ਼ਨ 2-3 ਆ ਗਿਆ, ਹਜੇ ਤੱਕ ਰਾਜਾ ਵੜਿੰਗ 'ਤੇ ਕੋਈ ਕਾਰਵਾਈ ਨਹੀਂ ਕਰੀ, ਜੇ ਰਾਜਾ ਵੜਿੰਗ ਗਲਤ ਹੈ ਤਾਂ ਕਾਰਵਾਈ ਕਰ ਦਿਓ। ਹੁਣ ਲੋਕਾਂ 'ਚ ਵਾਹੋ-ਵਾਹੀ ਕੀ ਹੈ ਵੀ ਫਿਰ ਕੀ ਹੁੰਦਾ, ਆਮ ਆਦਮੀ ਪਾਰਟੀ ਦਾ IT ਸੈੱਲ ਕੀ ਕਰਦਾ, ਇੰਨਾ ਕੁ ਪਾਠ ਕੱਢਦਾ, ਵਾਇਰਲ ਕਰ ਦਿੰਦਾ ਜੀ, ਪਿੰਡਾਂ ਦੇ ਵਲੰਟੀਅਰ ਸਟੇਟਸ ਲਾ ਦਿੰਦੇ ਨੇ ਜੀ, ਮੁੱਖ ਮੰਤਰੀ ਸਾਹਿਬ ਆਹ ਕਰ ਰਹੇ ਨੇ, ਆਹ ਕਰ ਰਹੇ ਨੇ, ਅੱਡ 'ਤੇ ਹੁੰਦਾ ਨਹੀਂ। ਕਦੇ ਜੀ ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਹੈ, ਸ਼ਹਾਦਤ ਹੈ ਲਸਾਨੀ ਉਹਨਾਂ ਦੀ, ਉੱਥੇ ਕਿਹਾ ਜਾਂਦਾ ਜੀ ਮਾਤਮੀ ਬਿਗਲ ਵੱਜੂਗਾ, ਉਹਨੂੰ ਮਾਤਮ ਕਰਾਰ ਦਿੱਤਾ ਜਾਂਦਾ। ਜਦੋਂ ਸਿੱਖ ਕੌਮ ਵੱਲੋਂ, ਲੀਡਰਾਂ ਵੱਲੋਂ ਇਹਦਾ ਵਿਰੋਧ ਕੀਤਾ ਜਾਂਦਾ, ਫਿਰ ਵਾਪਸ ਲੈ ਲਿਆ ਜਾਂਦਾ ਲਾਂਗ।
ਕਦੇ ਰਿਕਸ਼ਾ ਰੇਹੜੀ ਵਾਲੇ ਸੀ ਜੋ ਮੋਟਰਸਾਈਕਲ 'ਤੇ ਰੇਹੜੀ ਪਿੱਛੇ ਮੋਟਰਸਾਈਕਲ ਹੁੰਦਾ ਮੂਹਰੇ ਪਿੱਛੇ ਰੇਹੜੀ ਹੁੰਦੀ ਹੈ ਜੀ, ਇਹਨਾਂ ਨੂੰ ਬੰਦ ਕਰਨਾ ਪਊਗਾ, ਇਹ ਐਲਾਨ ਹੁੰਦਾ ਫਿਰ ਵਾਪਸ ਲੈ ਲੈਂਦੇ ਨੇ। ਮਤਲਬ ਤੁਸੀਂ ਬੇਤੁੱਕੀਆਂ ਬਿਆਨਬਾਜ਼ੀਆਂ ਬੇਤੁੱਕੇ ਐਲਾਨ ਕਰਦੇ ਕਿਉਂ? ਜੇਕਰ ਤੁਸੀਂ ਨੇ ਇਹ ਚੀਜ਼ਾਂ ਨੂੰ ਬਾਅਦ 'ਚ ਵਾਪਸ ਹੀ ਲੈਣਾ ਤਾਂ ਲੋਕਾਂ 'ਚ ਵਾਹੋ ਵਾਹੀ ਖੱਟਣ ਦਾ ਫਾਇਦਾ ਕੀ ਹੈ? ਤੁਸੀਂ ਜੋ ਹੈਗੇ ਹੋ, ਤੁਸੀਂ CM ਹੋ, ਬਹੁਤ ਵੱਡਾ ਨਾਮ ਹੁੰਦਾ, ਬਹੁਤ ਬੜਾ ਰੁਤਬਾ, ਮਾਣਯੋਗ ਨੇ, ਠੀਕ ਹੈ, ਤੁਸੀਂ ਆਪਣੇ ਅਹੁਦੇ ਨੂੰ ਉਹ ਤਰੀਕੇ ਨਾਲ ਮਾਣੋ, ਤੁਸੀਂ ਕਾਰਵਾਈ ਕਰਨੀ ਆ ਕਰੋ, ਪਰ ਲੋਕਾਂ 'ਚ ਝੂਠੀ ਵਾਹੋ ਵਾਹੀ ਨਾ ਖੱਟੋ ਜੀ। ਸਾਡੀ ਗੱਲ ਇਹ ਹੈ ਜੋ ਅਸੀਂ ਕਹਿਣਾ ਚਾਹੁੰਦੇ ਹਾਂ ਜੀ। ਸਭ ਤੋਂ ਵੱਧ ਪੰਜਾਬ ਦੇ ਵਿੱਚ ਕਿਸਾਨਾਂ ਦਾ ਮੁੱਦਾ ਵੀ ਗਰਮ ਚੱਲ ਰਿਹਾ ਹੈ, ਅਤੇ ਤੁਸੀਂ ਦੇਖਿਆ ਹੀ ਹੈ ਕਿ ਸ਼ੰਭੂ ਬਾਰਡਰ ਵੀ ਦੇਖਣ ਨੂੰ ਇੱਦਾਂ ਲੱਗਦਾ ਜਿਵੇਂ ਪਾਕਿਸਤਾਨ ਦਾ ਬਾਰਡਰ ਹੋਵੇ, ਅਥਰੂ ਗੈਸ ਦੇ ਗੋਲੇ ਵਾਏ ਜਾ ਰਹੇ ਨੇ, ਕਿੱਲਾਂ ਠੋਕੀਆਂ ਜਾ ਰਹੀਆਂ ਨੇ, ਤੁਸੀਂ ਕਿਸਾਨੀ ਮੁੱਦੇ ਨੂੰ ਲੈ ਕੇ ਕਿਵੇਂ ਦੇਖਦੇ ਹੋ? ਦੇਖੋ, ਕਿਸਾਨ ਨੇ ਜੋ ਬਹੁਤ ਭੋਲੇ ਨੇ, ਇਹ ਵਿਚਾਰੇ ਜੋ ਪੰਜਾਬੀ ਵੀ ਨੇ ਚਾਹੇ ਕਿਸਾਨ ਹੈ, ਪੰਜਾਬੀ ਬਹੁਤ ਭੋਲੇ ਨੇ, ਮਗਰ ਬਹੁਤ ਛੇਤੀ ਲੱਗ ਜਾਂਦੇ ਨੇ। ਤੇ ਦੇਖੋ, ਬਾਰਡਰ ਦੇ ਉੱਤੇ ਕਿਸਾਨ ਬੈਠੇ ਨੇ, ਠੀਕ ਹੈ ਜੀ, ਤੇ ਹਰਿਆਣੇ ਦੀ ਪੁਲਿਸ ਪੰਜਾਬ 'ਚ ਆ ਕੇ ਟੀਅਰ ਗੈਸ ਛੱਡੇ, ਡਾਂਗਾ ਮਾਰੇ, ਭੰਨ ਤੋੜ ਕਰੇ, ਕਾਰਵਾਈ ਨਹੀਂ ਹੁੰਦੀ। ਪੰਜਾਬ ਸਰਕਾਰ ਸੁੱਤੀ ਪਈ ਹੈ, ਸ਼ੁਭਕਰਨ ਦੀ ਮੌਤ ਹੋ ਜਾਂਦੀ ਹੈ, ਪਰਚਾ ਦਬਾਅ ਪਾਉਣ ਤੋਂ ਬਾਅਦ ਕੀਤਾ ਜਾਂਦਾ ਰਾਤ ਨੂੰ 2 ਵਜੇ। ਬਾਕੀ ਇੰਨੇ ਦਿਨ ਕੀ ਕਰਦੇ ਸੀ, ਪਹਿਲੇ ਦਿਨ ਹੋ ਜਾਣਾ ਚਾਹੀਦਾ ਸੀ। ਮਤਲਬ ਵੀ ਕਿਸਾਨਾਂ ਨੂੰ ਵੀ, ਕਿਸਾਨਾਂ ਨਾਲ ਵੀ ਖੇਡਿਆ ਜਾਂਦਾ ਹੈ, ਕਿਸਾਨ ਭੋਲੇ ਨੇ, ਉਹ ਆਪਣੇ ਆਪ ਨੂੰ ਖੜਾ ਰਹੇ ਨੇ। ਗੱਲ ਇਹ ਹੈ, ਪਹਿਲਾਂ ਤਾਂ ਕਿਸਾਨਾਂ ਦੀ ਇਹ ਵੀ ਉੱਥੇ ਤੋਂ ਉੱਠਣ ਦੀ ਲੋੜ ਨਹੀਂ ਸੀ। ਜਦੋਂ ਦਿੱਲੀ ਮੋਰਚਾ ਲੱਗਿਆ ਸੀ, ਤੁਸੀਂ MSP ਤੇ ਪੱਕਾ ਹੱਲ ਕਰਾ ਕੇ ਉੱਠਦੇ, ਤੇ ਹੁਣ ਜਥੇਬੰਦੀਆਂ ਵਾਲੇ ਪਾੜ ਪਾਈ ਬੈਠੇ ਨੇ ਜੀ। ਉਹ ਕਹਿੰਦੇ ਜੀ ਅਸੀਂ ਆਪਣਾ ਅਲੱਗ ਤੋਂ ਰੇਲਾਂ ਰੋਕਾਂਗੇ ਜੀ, ਅਸੀਂ ਫਲਾਣਿਆਂ ਦੇ ਘਰਾਂ ਬਾਹਰ ਧਰਨੇ ਦੇਵਾਂਗੇ, ਅਸੀਂ ਧਮਕਾਣਿਆਂ ਦੇ ਦੇਵਾਂਗੇ। ਜੇ ਹੈ ਤਾਂ ਤੁਸੀਂ ਕਿਸਾਨ ਹੋ, ਮਤਲਬ ਆਪਣੀਆਂ ਚੌਧਰਾਂ ਖਾਤਰ ਤੁਸੀਂ ਉੱਥੇ ਨਹੀਂ ਜਾ ਰਹੇ। ਜੇ ਕੁਛ ਜਥੇਬੰਦੀਆਂ ਸ਼ੰਭੂ ਬਾਰਡਰ, ਖਨੌਰੀ ਬਾਰਡਰ ਤੇ ਪਹੁੰਚ ਗਈਆਂ, ਤਾਂ ਬਾਕੀ ਜਥੇਬੰਦੀਆਂ ਨਾਲ ਤੁਰਨਾ ਚਾਹੀਦਾ। ਮਤਲਬ ਉਹ ਜਿਹੜੇ ਕਿਸਾਨ ਨੇ ਉਹ ਗਏ ਕਿਹਦੇ ਵਾਸਤੇ ਨੇ? ਉਹ ਕਿਸਾਨੀ ਖਾਤਰ ਹੀ ਗਏ ਨੇ। ਮਤਲਬ ਜਿਹੜੇ ਦੂਜੀਆਂ ਯੂਨੀਅਨਾਂ ਦੇ ਪ੍ਰਧਾਨ ਨੇ, ਉਹ ਜੀ ਕਹਿ ਰਹੇ ਨੇ ਜੀ ਸਾਨੂੰ ਇਹ ਚੱਲਦੇ ਨਹੀਂ ਸਾਡੇ ਨਾਲ ਮਿਲ ਕੇ, ਇਹਨਾਂ ਦੀ ਜਥੇਬੰਦੀਆਂ ਅਲੱਗ ਨੇ। ਬਾਈ ਜੀ, ਜਥੇਬੰਦੀਆਂ ਅਲੱਗ ਨੇ, ਮਕਸਦ ਤਾਂ ਇੱਕ ਹੈ। ਹੁਣ ਜੇ ਕ੍ਰਿਕਟ ਮੈਚ ਚੱਲਦਾ, ਜੇ ਕ੍ਰਿਕਟ ਮੈਚ ਜਿੱਤਣਾ ਤਾਂ ਵਰਲਡ ਕੱਪ ਹੈ, ਖੇਡ ਗਡਾਰਾ 11 ਖਿਡਾਰੀ ਰਹੇ ਨੇ, ਬੋਲਰ ਦਾ ਵੀ ਉਨਾ ਹੀ ਹਿੱਸਾ, ਆਲਰਾਊਂਡਰ ਦਾ ਵੀ, ਬੈਟਸਮੈਨ ਦਾ ਵੀ, ਜਿਤਾਉਣਾ ਤਾਂ ਸਾਰਿਆਂ ਨੇ ਮਿਲ ਕੇ ਹੈ। ਇਹ ਥੋੜ੍ਹਾ ਵੀ ਜੀ ਆਪਾਂ ਕਹਾਂਗੇ ਆਪਣਾ ਕੋਹਲੀਓ ਜਿਤਾ ਕੇ ਨਿਕਲੇ, ਉਹ ਕਹਿਣਾ ਵੀ ਜੇ ਕੁਛ ਜਥੇਬੰਦੀਆਂ ਗਈਆਂ ਨੇ ਤਾਂ ਬਾਕੀਆਂ ਨੂੰ ਵੀ ਸਾਥ ਦੇਣਾ ਚਾਹੀਦਾ। ਉਹ ਘਰੇ ਬੈਠੇ ਨੇ ਜੀ, ਅਸੀਂ ਰੇਲਾਂ ਰੋਕਾਂਗੇ, ਇਹਨਾਂ ਨਾਲ ਕੁਛ ਨਹੀਂ ਹੋਣਾ, ਇਕੱਠੇ ਸਾਥ ਦਿਓ, ਇਕੱਠੇ ਹੋ ਕੇ ਚੱਲੋ, ਤਾਂ ਇਹਦਾ ਹੱਲ ਨਿਕਲੂਗਾ ਜੀ। ਤੁਸੀਂ ਦੇਖਿਆ ਹੀ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਗੱਠਜੋੜ ਹੋ ਗਿਆ, ਫਾਈਨਲ ਹੋ ਗਿਆ, ਕੀ ਪੰਜਾਬ ਦੇ ਵਿੱਚ ਹੋਊਗਾ? ਦੇਖੋ ਨਾ, ਪੰਜਾਬ ਤੇ ਦਿੱਲੀ ਦੇ ਸਮੀਕਰਨਾਂ ਦੇ ਵਿੱਚ ਬਹੁਤ ਫਰਕ ਹੈ। ਗੱਲ ਇਹ ਹੈ ਵੀ ਜਿਹੜਾ ਪੰਜਾਬ ਹੈ, ਹੁਣ ਜੇਕਰ ਹੁਣ ਉਹ ਮੋਦੀ ਨੂੰ ਹਰਾਉਣ ਦੇ ਖਾਤਰ ਇੰਡੀਆ ਗੱਠਜੋੜ ਹੋਇਆ, ਬਹੁਤ ਪਾਰਟੀਆਂ ਇਕੱਠੀਆਂ ਹੋ ਗਈਆਂ, ਤੇ ਅਲੱਗ ਅਲੱਗ ਜਗ੍ਹਾ ਦੇ ਉੱਤੇ ਅਲੱਗ ਅਲੱਗ ਸੀਟਾਂ ਦਾ ਸਮਝੌਤਾ ਹੋਇਆ ਵੀ ਫਲਾਣੇ ਨੇ ਇੰਨੀਆਂ ਸੀਟਾਂ ਲੈਣੀਆਂ, ਧਮਕਾਣੇ ਨੇ ਆਹ ਪਾਰਟੀ ਨੇ ਇੰਨੀਆਂ ਲੈਣੀਆਂ। ਤੇ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ, ਜੋ ਮੈਨੂੰ ਲੱਗਦਾ, ਆਮ ਆਦਮੀ ਪਾਰਟੀ ਤੇ ਕਾਂਗਰਸ ਸਮਝੌਤਾ ਕਰਦੀ ਹੈ ਤਾਂ ਘਾਟੇ ਦੇ ਵਿੱਚ ਜਾਊਗੀ। ਅਲੱਗ ਅਲੱਗ ਚੋਣਾਂ ਲੜ ਕੇ ਦੋਨੇ ਪਾਰਟੀਆਂ ਵੱਧ ਸੀਟਾਂ ਕੱਢ ਸਕਦੀਆਂ ਨੇ ਜੇਕਰ ਇਕੱਠੀਆਂ ਹੋ ਗਈਆਂ। ਇਹਦਾ ਫਾਇਦਾ ਸਿੱਧੇ ਤੌਰ ਤੇ ਅਕਾਲੀ ਦਲ ਤੇ BJP ਨੂੰ ਹੋਊਗਾ, ਕਿਉਂਕਿ ਗਰਾਊਂਡ ਲੈਵਲ ਤੇ ਜੇ ਦੇਖੀਏ ਕੁਝ ਲੋਕ ਅਜਿਹੇ ਨੇ ਜਿਹੜੇ
ਸੱਤਾਧਿਰ ਤੋਂ ਖੁਸ਼ ਨਹੀਂ ਹੈ ਕਾਂਗਰਸੀ, ਉਹ ਕਦੇ ਵੀ ਉਹਨੂੰ ਆਪ ਨੂੰ ਵੋਟ ਨਹੀਂ ਪਾਉਣਗੇ। ਕਿਉਂਕਿ ਗੱਲ ਇਹ ਹੁੰਦੀ ਹੈ ਜਦੋਂ ਸਹਿਮਤੀ ਹੁੰਦੀ ਹੈ ਨਾ, ਜੇ ਇੱਥੇ 13 ਸੀਟਾਂ ਨੇ, ਜੇਕਰ ਸਹਿਮਤੀ ਹੁੰਦੀ ਹੈ, ਉਦਾਹਰਣ ਦੇ ਤੌਰ 'ਤੇ ਲੈ ਲਓ ਵੀ ਬਠਿੰਡਾ ਸੀਟ ਹੈ, ਬਠਿੰਡਾ ਸੀਟ ਤੋਂ ਕਾਂਗਰਸੀ ਉਮੀਦਵਾਰ ਜੇਕਰ ਕਾਂਗਰਸ ਦਿੰਦੀ ਹੈ ਤਾਂ ਉੱਥੇ ਆਪ ਵਾਲਾ ਜੋ ਉਮੀਦਵਾਰ ਹੋਊਗਾ ਮਨ 'ਚ ਤਾਂ ਖਟਾਸ ਹੁੰਦੀ ਹੈ। ਲੱਖ ਕਹੀ ਜਾਣ ਅੰਦਰੋਂ ਗੁਪਤੀ ਵੋਟਾਂ ਉਹ ਨਹੀਂ ਪਾਉਂਦੇ। ਪਹਿਲਾਂ ਅਕਾਲੀ ਦਲ ਨਾਲ ਹੁੰਦਾ ਰਿਹਾ, ਅਕਾਲੀ ਦਲ ਦੇ 2-3 ਧੜੇ ਹੁੰਦੇ ਸੀ, ਤਾਂ ਜੇਕਰ ਅਗੇਂਸਟ ਕੈਂਡੀਡੇਟ ਆ ਗਿਆ ਤਾਂ ਉਹ ਧੜਾ ਦੂਜੇ ਧੜੇ ਨੂੰ ਵੋਟ ਨਹੀਂ ਸੀ ਪਾਉਂਦਾ। ਅਕਾਲੀ ਦਲ ਦਾ ਬੈਕਫੁੱਟ 'ਤੇ ਜਾਣ ਦਾ ਕਾਰਨ ਇਹੀ ਹੈ। ਹੁਣ ਨਵੀਂ ਰਣਨੀਤੀ ਆਈ ਹੈ, ਹੁਣ ਨਵੇਂ ਬੰਦੇ ਆ ਰਹੇ ਨੇ, ਨਵੀਆਂ ਜੁਆਇਨਿੰਗਾਂ ਹੋ ਰਹੀਆਂ ਨੇ, ਹੁਣ ਕੁਛ ਤੌਰ 'ਤੇ ਠੀਕ ਹੈ। ਮਤਲਬ ਜੋ ਮੈਨੂੰ ਇਹ ਲੱਗਦਾ ਹੈ ਵੀ ਦੇਖੋ, ਜੇਕਰ ਅਕਾਲੀ ਆਪ ਅਤੇ ਕਾਂਗਰਸ ਅਲੱਗ ਅਲੱਗ ਚੋਣਾਂ ਲੜਦੇ ਨੇ, ਦੋਨੇ ਅਲੱਗ ਅਲੱਗ ਸੀਟਾਂ ਲੈਂਦੇ ਨੇ, ਤਾਂ ਜਾਣੀਆਂ ਤਾਂ ਇੰਡੀਆ ਗੱਠਜੋੜ ਦੇ ਵਿੱਚ ਨੇ, ਭੁਗਤੀਆਂ ਤਾਂ ਇੰਡੀਆ ਗੱਠਜੋੜ 'ਚ ਜਾਣੀਆਂ ਨੇ। ਜੇਕਰ ਇਹ ਅਲਾਇੰਸ ਕਰ ਗਏ ਇੱਕ ਸੱਤਾ ਧਿਰ ਇੱਕ ਵਿਰੋਧੀ ਧਿਰ, ਇਹ ਤਾਂ ਲੋਕਾਂ ਦਾ ਖੇਡਣ ਵਾਲਾ ਕੰਮ ਹੋ ਗਿਆ। ਲੋਕ ਇਹ ਚੀਜ਼ ਨੂੰ ਸਮਝਦੇ ਨੇ, ਤੇ ਇਹ ਵੀ ਸਮਝਦੇ ਨੇ, ਤਾਂ ਹੀ ਇਹਨਾਂ ਨੇ ਇੱਥੇ ਸਮਝੌਤਾ ਨਹੀਂ ਕਰਿਆ, ਚੰਡੀਗੜ੍ਹ ਤੱਕ ਸਮਝੌਤਾ ਕਰ ਲਿਆ, ਇੱਥੇ ਨਹੀਂ ਕਰਿਆ, ਇਹ ਵੀ ਸਮਝਦੇ ਨੇ। ਮੈਨੂੰ ਲੱਗਦਾ ਸ਼ਾਇਦ ਸਮਝੌਤਾ ਨਾ ਹੋਵੇ। ਅਕਾਲੀ ਦਲ ਦੀ ਵਾਪਸੀ ਦੀ ਗੱਲ ਕਰੀ ਆ, ਤੁਸੀਂ ਦੇਖਿਆ ਹੀ ਆ ਕਿ ਸੁਖਦੇਵ ਸਿੰਘ ਢੀਂਡਸਾ ਨੇ ਵੀ ਵਾਪਸੀ ਕਰ ਲਈ, ਕਿ ਬੀਬੀ ਜਗੀਰ ਕੌਰ ਕਰਨਗੇ? ਦੇਖੋ ਆਪਸੀ ਮਤਭੇਦ ਹੁੰਦੇ ਨੇ, ਠੀਕ ਹੈ, ਤੇ ਸ਼ਾਮ ਦਾ ਭੁੱਲਿਆ ਕਹਿੰਦੇ ਘਰ ਆ ਜੇ ਕਹਾਵਤ ਹੈ ਕੋਈ, ਤੇ ਉਹ ਚੀਜ਼ ਹੈ ਵੀ ਦੇਖੋ ਗੱਠਜੋੜ ਜਿਹੜੇ ਜਿਹੜੇ ਰੁੱਸੇ ਨੇ ਉਹ ਘਰ ਵਾਪਸ ਤਾਂ ਆਉਣਗੇ, ਹੁਣ ਨਹੀਂ ਆਉਣਗੇ, ਥੋੜੇ ਟਾਈਮ ਨੂੰ ਆ ਜਾਣਗੇ, ਕਿਉਂਕਿ ਹੋਰ ਆਪਸ਼ਨ ਨਹੀਂ ਕੋਈ, ਹੋਰ ਪਾਰਟੀ ਉਹਨਾਂ ਨੂੰ ਸੰਘੀਲ ਨਹੀਂ ਸਕਦੀ। ਠੀਕ ਹੈ, ਵੱਡੇ ਲੀਡਰ ਸੀ, ਵੱਡੇ ਚਿਹਰੇ ਸੀ ਢੀਂਡਸਾ ਸਾਹਿਬ, ਤੇ ਹੁਣ ਗੱਲ ਇਹ ਵੀ ਅਫਵਾਹ ਗੱਲਾਂ ਚੱਲ ਰਹੀਆਂ, ਚਰਚਾਵਾਂ ਚੱਲ ਰਹੀਆਂ ਨੇ ਵੀ ਅਕਾਲੀ ਦਲ ਤੇ ਬੀਜੇਪੀ ਦਾ ਵੀ ਸਮਝੌਤਾ ਅੰਦਰੋਂ ਗੁਪਤੀ ਤਾਂ ਹੋ ਗਿਆ, ਕਿਸਾਨੀ ਧਰਨੇ ਕਰਕੇ ਰੁਕੇ ਨੇ, ਐਲਾਨ ਹਜੇ ਹੋਣਾ ਬਾਕੀ ਹੈ। ਜੋ ਅੰਦਰੋਂ ਗੱਲਾਂ ਨਿਕਲ ਕੇ ਆਈਆਂ ਨੇ, ਕਹਿੰਦੇ 8-5 ਤੇ ਸਮਝੌਤਾ ਅਕਾਲੀ ਦਲ ਤੇ ਬੀਜੇਪੀ ਦਾ ਹੋ ਚੁੱਕਿਆ, ਪਰ ਕਿਸਾਨੀ ਧਰਨੇ ਕਰਕੇ ਐਲਾਨ ਨਹੀਂ ਹੋਇਆ। 6ਵੀਂ ਸੀਟ ਬੀਜੇਪੀ ਨੂੰ ਚੰਡੀਗੜ੍ਹ ਦੀ, ਮਤਲਬ 8-6 ਤੇ ਹੋ ਗਿਆ, 14 ਚੰਡੀਗੜ੍ਹ ਤੇ ਪੰਜਾਬ ਦੀਆਂ 14 ਬਣਦੀਆਂ ਨੇ, ਇੱਦਾਂ ਕਿਹਾ ਜਾ ਰਿਹਾ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਛ ਪਤਾ ਲੱਗ ਜੂ। ਜੇਕਰ ਇਹਦਾ ਸਮਝੌਤਾ ਹੁੰਦਾ ਤਾਂ ਦੋਨੇ ਇਹ ਪਾਰਟੀਆਂ ਬਹੁਤ ਤਕੜੀਆਂ ਉੱਭਰ ਕੇ ਆਉਣਗੀਆਂ, ਕਿਉਂਕਿ ਇੱਕ ਜੋ ਸ਼ਹਿਰੀ ਵੋਟ ਆ ਨਾ ਬੀਜੇਪੀ ਦੇ ਨਾਲ ਬਹੁਤ ਜੁੜੀ ਹੋਈ ਹੈ, ਤੇ ਪਿੰਡਾਂ ਦੀ ਵੋਟ ਅਕਾਲੀ ਦਲ ਨਾਲ ਹੈ, ਮਤਲਬ ਵੀ ਇਹ ਉੱਠ ਕੇ ਉੱਪਰ ਆਉਣਗੇ ਜੋ ਸਾਨੂੰ ਲੱਗਦਾ। ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ, ਤੇ ਹੁਣ ਸਾਨੂੰ ਦਿਓ ਇਜਾਜ਼ਤ, ਧੰਨਵਾਦ।